ਸਾਨੂੰ ਇਹ ਮੰਨਣਾ ਪਊਗਾ ਕਿ ਸਰਕਾਰ ਜਾਂ ਸਰਕਾਰੀ ਅਹੁਦਿਆਂ ਦੀ ਪ੍ਰੋਬਲਮ ਨਹੀਂ ਹੈਗੀ, ਪ੍ਰੋਬਲਮ ਸਾਡੇ 'ਚ ਵੀ ਹੈਗੀ ਹੈ। ਪੰਜਾਬ ਸਾਨੂੰ ਮਾਲੂਮ ਹੈਗਾ ਕਿ ਅਗਰ ਪੰਜਾਬ ਦੇ ਪ੍ਰੋਬਲਮ ਇਗਨੋਰ ਹੁੰਦੇ ਆ ਤਾਂ ਪੰਜਾਬ 'ਚ ਕੀ ਕੁਛ ਹੋ ਸਕਦਾ ਹੈਗਾ। ਪਰ ਮੈਨੂੰ ਲੱਗਦਾ ਮੋਦੀ ਸਰਕਾਰ ਨੂੰ ਇਹਦੇ ਨਾਲ ਕੋਈ, ਉਹ ਤਾਂ ਚਾਹੁੰਦੇ ਹੈਗੇ ਕਿ ਕੱਲ੍ਹ ਕੋਈ ਪ੍ਰੋਬਲਮ ਸ਼ੁਰੂ ਹੋ ਜਾਏ ਅਤੇ ਉਹ ਪ੍ਰੋਬਲਮ ਦੇ ਨਾਂ 'ਤੇ ਕਿਤੇ ਹੋਰ ਜਾ ਕੇ ਵੋਟ ਲੈ ਲੈਣਗੇ। ਅੱਜ ਤੁਸੀਂ ਦੇਖ ਰਹੇ ਹੋ ਕਿ ਜਿੱਥੇ ਜਿਹੜੇ ਮੁੱਦੇ ਹੋਣੇ ਚਾਹੀਦੇ ਆ ਡਿਸਕਸ, ਉਹ ਨਹੀਂ ਹੋ ਰਹੇ ਹੈਗੇ। ਉਹਨਾਂ ਦੀ ਥਾਂ ਸਾਨੂੰ ਇੱਕ ਤਮਾਸ਼ਾ ਮਿਲ ਰਿਹਾ ਹੈਗਾ ਜਿਹੜਾ ਪੋਲੀਟੀਕਲ ਸਾਹਮਣੇ ਚੱਲ ਰਿਹਾ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਫੈਕਟ ਨਿਊਜ਼, ਮੈਂ ਹਾਂ ਨੀਰੂ ਪਜਵਾਨ। ਹਰਤੋਸ਼ ਸਿੰਘ ਬਲਬ ਸਾਡੇ ਨਾਲ ਨੇ, ਪੋਲੀਟੀਕਲ ਐਡੀਟਰ ਰਹੇ ਹੋ, ਅਤੇ ਜਦ ਆਪਾਂ ਦੇਸ਼ ਦੀ ਗੱਲ ਕਰਦੇ ਹਾਂ, ਪੰਜਾਬ ਦੀ ਇਸ ਵੇਲੇ ਸਿਆਸਤ ਦੀ ਗੱਲ ਕਰਦੇ ਹਾਂ, ਹਰਤੋਸ਼ ਜੀ ਕਿਵੇਂ ਲੱਗਦਾ? ਕਿਉਂਕਿ ਇੰਨੇ ਸਾਲ ਤੁਸੀਂ ਜਰਨਲਿਜ਼ਮ ਕੀਤੀ ਹੈ, ਬਹੁਤ ਸਾਰੇ ਖੁਲਾਸੇ ਕੀਤੇ ਨੇ, ਇਸ ਸਮੇਂ ਜੇ ਪੰਜਾਬ ਦੀ ਮੌਜੂਦਾ ਸਥਿਤੀ ਹੈ, ਕੀ ਲੱਗਦਾ ਕਿ ਇਸ ਵੇਲੇ ਜਿੱਥੇ ਕਿਸਾਨਾਂ ਦੀ ਗੱਲ ਹੋਣੀ ਚਾਹੀਦੀ, ਮਜ਼ਦੂਰਾਂ ਦੀ ਗੱਲ ਹੋਣੀ ਚਾਹੀਦੀ ਹੈ, ਲੋਕਾਂ ਦੀ ਗੱਲ ਹੋਣੀ ਚਾਹੀਦੀ ਹੈ, ਉਸ ਵੇਲੇ ਕੁਰਸੀ ਦੀ ਗੱਲ ਚੱਲਦੀ? ਹਾਂਜੀ, ਮੈਂ ਪਿਛਲੇ 20 ਸਾਲ ਦੇ ਜਿੰਨੇ ਕੁ ਪੰਜਾਬ ਇਲੈਕਸ਼ਨ ਹੈਗੇ ਹੈ ਮੈਂ ਕਵਰ ਕੀਤੇ ਹੈਗੇ ਹੈ। ਪੰਜਾਬ ਦਾ ਮੇਨ ਪ੍ਰੋਬਲਮ ਉਹ ਅੱਜ ਖਾਸ ਦਿਖ ਰਿਹਾ ਹੈਗਾ ਕਿ ਲੀਡਰਸ਼ਿਪ ਦੀ ਘਾਟ ਹੈਗੀ ਹੈ। ਅੱਜ ਤੁਸੀਂ ਦੇਖ ਰਹੇ ਹੋ ਕਿ ਜਿੱਥੇ ਜਿਹੜੇ ਮੁੱਦੇ ਹੋਣੇ ਚਾਹੀਦੇ ਆ ਡਿਸਕਸ, ਉਹ ਨਹੀਂ ਹੋ ਰਹੇ ਹੈਗੇ। ਇੱਕ ਵਨ ਅਪਮੈਨਸ਼ਿਪ ਹੋ ਰਹੀ ਹੈਗੀ ਹੈ। ਅਮਰਿੰਦਰ ਸਿੱਧੂ ਆਪਸ 'ਚ ਲੜ ਰਹੇ ਹੈਗੇ, ਲੱਗਦਾ ਹੈ ਉਹ ਦੂਜੇ ਪਾਰਟੀ, ਇੱਕ ਪਾਰਟੀ 'ਚ ਹੈ ਹੀ ਨਹੀਂ ਹੈਗੇ। ਨਾਲ ਸੁਖਬੀਰ ਬਾਦਲ ਹੈਗਾ ਹੈ, ਉੱਥੇ ਆਪ 'ਚ ਵੀ ਕੋਈ ਰਿਪ੍ਰੈਜੈਂਟੇਟਿਵ ਨਹੀਂ ਹੈ। ਅੱਜ ਦੇਖ ਕੇ ਲੱਗਦਾ ਹੈਗਾ ਕਿ ਇਸ ਇਲੈਕਸ਼ਨ ਦੇ ਬਾਅਦ ਵੀ ਕੋਈ ਇਹੋ ਜਿਹੀ ਲੀਡਰਸ਼ਿਪ ਸਾਹਮਣੇ ਆਊਗੀ ਜਿਹੜੀ ਪੰਜਾਬ ਨੂੰ ਸਾਂਭ ਸਕਦੀ ਹੈਗੀ ਹੈ। ਕਿਉਂਕਿ ਜਿਹੜੀ ਐਕਸਪੈਕਟੇਸ਼ਨ ਸੀਗੇ ਕਿ ਹੁਣ ਅਸੀਂ ਇਲੈਕਸ਼ਨ ਜਾ ਰਹੇ ਹੈਗੇ, ਮੁੱਦੇ ਇੰਨੇ ਹੈਗੇ, ਪੰਜਾਬ ਦੇ ਪ੍ਰੋਬਲਮ ਇਹ ਹੈ ਇੰਨੇ ਹੈਗੇ, ਉਹਨਾਂ 'ਤੇ ਡਿਸਕਸ਼ਨ ਰਹੂਗੀ, ਉਹਨਾਂ ਦੀ ਥਾਂ ਸਾਨੂੰ ਇੱਕ ਤਮਾਸ਼ਾ ਮਿਲ ਰਿਹਾ ਹੈਗਾ ਜਿਹੜਾ ਪੋਲੀਟੀਕਲ ਸਾਹਮਣੇ ਚੱਲ ਰਿਹਾ ਹੈ। ਤਮਾਸ਼ੇ ਦੀ ਜ਼ਿਕਰ ਕੀਤੀ, ਕਿਉਂਕਿ ਵਿਰੋਧੀ ਧਿਰ ਹਮੇਸ਼ਾ ਹੀ ਉਹਨਾਂ ਚੀਜ਼ਾਂ ਦੀ ਜ਼ਿਕਰ ਕਰਦੀ ਹੈ ਜਿੱਥੇ ਵਾਰ ਜੋ ਹੈ ਉਸ 'ਤੇ ਹੋ ਗਏ, ਸਰਕਾਰ 'ਤੇ ਹੋਵੇ, ਸਰਕਾਰ ਹਮੇਸ਼ਾ ਨੀਵੇਂ ਦਿਖਾਈ ਦੇਵੇ, ਲੇਕਿਨ ਹਾਲਾਤ ਜੇ ਨੇ ਉਹ ਬਹੁਤ ਵੱਖਰੇ ਨੇ, ਭਾਵੇਂ ਅੱਜ ਦੀ ਗੱਲ ਕਰੀਏ ਜਾਂ 20-25 ਸਾਲ ਪਹਿਲਾਂ ਦੀ ਕਰੀਏ, ਹੈ ਨਾ। ਕਿਉਂਕਿ ਕਿਤੇ ਨਾ ਕਿਤੇ ਸਿਸਟਮ ਹੌਲੀ ਹੌਲੀ ਖਰਾਬ ਹੋਇਆ, ਇੱਕਦਮ ਖਰਾਬ ਨਹੀਂ ਹੋਇਆ। 47 ਦੇ ਬਾਅਦ ਜੋ ਕੁਛ ਹੋਇਆ, ਅੱਜ ਜੇ ਸਿਸਟਮ, ਇਸ ਵੇਲੇ ਆਪਾਂ ਕਹਿੰਦੇ ਨਾ ਕਿ ਆਪਾਂ ਅਮੈਰੀਕਾ UK ਕਿਉਂ ਨਹੀਂ ਬਣ ਪਾਏ, ਸਿਸਟਮ ਖਰਾਬ ਹੋਇਆ, ਅਤੇ ਉਸ ਦੇ ਵਿੱਚ ਆਪਾਂ ਇੱਕ ਸਰਕਾਰ ਨੂੰ ਨਹੀਂ ਕਹਿ ਸਕਦੇ, ਕਿਉਂਕਿ ਜਿਨ੍ਹਾਂ ਸਰਕਾਰਾਂ ਨੇ ਜਿਨ੍ਹਾਂ ਚੀਜ਼ਾਂ ਨੇ ਇੱਥੇ ਕੰਮ ਕੀਤਾ, ਉਹਨਾਂ ਚੀਜ਼ਾਂ ਉੱਤੇ ਧਿਆਨ ਉਸ ਵੇਲੇ ਨਹੀਂ ਦਿੱਤਾ ਗਿਆ। ਸਰ ਦੇਖੋ, ਇੱਕ ਸਰਕਾਰ ਨਹੀਂ ਹੈ, ਸਾਨੂੰ ਇਹ ਮੰਨਣਾ ਪਊਗਾ ਕਿ ਸਰਕਾਰ ਜਾਂ ਸਰਕਾਰੀ ਅਹੁਦਿਆਂ ਦੀ ਪ੍ਰੋਬਲਮ ਨਹੀਂ ਹੈਗੀ, ਪ੍ਰੋਬਲਮ ਸਾਡੇ 'ਚ ਵੀ ਹੈਗੀ ਹੈ। ਤੁਸੀਂ ਅਗਰ ਇਲੈਕਸ਼ਨ ਕਵਰ ਕੀਤੇ ਹੈਗੇ, ਮੈਂ ਪਹਿਲਾਂ ਪੰਜਾਬ 'ਚ ਜਦੋਂ ਪਹਿਲੀ ਵਾਰੀ ਇਲੈਕਸ਼ਨ ਕਵਰ ਕੀਤਾ, ਉਹਦੇ ਬਾਅਦ ਮੈਂ ਬਾਕੀ ਪਾਸੇ ਰਿਹਾ। ਅਗਰ ਮੈਂ ਮੱਧ ਪ੍ਰਦੇਸ਼ 'ਚ ਕਵਰ ਕੀਤੇ ਹੈਗੇ, ਬਿਹਾਰ 'ਚ ਕਵਰ ਕੀਤੇ, UP 'ਚ ਕਵਰ ਕੀਤੇ, ਦਿੱਲੀ 'ਚ, ਜਿੰਨਾ ਖਰਚਾ ਇੱਥੇ ਹੁੰਦਾ ਹੈਗਾ ਇੱਕ ਇਲੈਕਸ਼ਨ 'ਚ, ਅਸੀਂ ਕਰਪਸ਼ਨ ਦੀ ਗੱਲ ਕਰਦੇ ਹਾਂ, ਕਰਪਸ਼ਨ ਹੁੰਦਾ ਕਿਉਂ ਹੈਗਾ ਇੱਕ ਇਲੈਕਸ਼ਨ 'ਚ, ਜਿੰਨਾ ਸਿਰਫ ਦਾਰੂ 'ਤੇ ਪੈਸਾ ਖਰਚਾ ਹੁੰਦਾ ਹੈਗਾ, ਉਹ ਫਿਰ ਕਿੱਥੋਂ ਆਊਗਾ? ਉਹ ਪਬਲਿਕ ਦੇ ਜੇਬ ਤੋਂ ਹੀ ਆਊਗਾ ਨਾ, ਕਿਸੇ ਹੋਰ ਕੰਟਰੈਕਟ 'ਤੇ ਆਊਗਾ। ਇਹ ਸਿਸਟਮ ਅਸੀਂ ਆਪ ਕ੍ਰੀਏਟ ਕੀਤਾ ਹੈਗਾ, ਆਪ ਇਨਕਰੇਜ ਕਰਦੇ ਹੈਗੇ, ਫਿਰ ਸਿਰਫ ਬਲੇਮ ਸਿਰਫ ਪੋਲੀਟੀਸ਼ੀਅਨਸ ਨੂੰ ਦਿੰਦੇ ਹੈਗੇ, ਇਹਦੇ 'ਚ ਅਸੀਂ ਸਾਰੇ ਸ਼ਾਮਿਲ ਹੈਗੇ। ਯਾਨੀ ਕਿ ਜਦ ਸਕੂਲ ਪ੍ਰਾਈਵੇਟ ਹੋਏ ਸੀਗੇ, ਜਦ ਹਸਪਤਾਲ ਪ੍ਰਾਈਵੇਟ ਹੋਏ ਸੀ, ਸਾਨੂੰ ਤਾਂ ਸਵਾਲ ਚੱਕਣੇ ਚਾਹੀਦੇ ਸੀ, ਸਾਨੂੰ ਚੁੱਪ ਨਹੀਂ ਬੈਠਣਾ ਚਾਹੀਦਾ ਸੀ। ਚੁੱਪ ਨਹੀਂ ਬੈਠਣਾ ਚਾਹੀਦਾ ਸੀਗਾ, ਅਸੀਂ ਕੀ ਕੀਤਾ ਹੈਗਾ ਕਿ ਅੱਗੇ ਅਸੀਂ ਅਫੋਰਡ ਕਰ ਸਕਦੇ ਹਾਂ ਅਤੇ ਅਸੀਂ ਸਾਡੇ ਬੱਚਿਆਂ ਨੂੰ ਪੜ੍ਹਾ ਲਿਆ, ਬਾਕੀ ਜਿਹੜੇ ਨਹੀਂ ਪੜ੍ਹ ਸਕਦੇ ਸੀਗੇ ਉਹਦੇ ਬਾਰੇ ਤਾਂ ਕਿਸੇ ਨੇ ਫਿਕਰ ਕੀਤੀ ਨਹੀਂ ਹੈਗੀ, ਨਾ ਸਰਕਾਰ ਨੂੰ ਕਿਸੇ ਨੇ ਸਵਾਲ ਪੁੱਛਿਆ ਹੈਗਾ। ਅਤੇ ਸਰਕਾਰ ਨੂੰ ਸਵਾਲ ਕਿਸ ਤਰ੍ਹਾਂ ਪੁੱਛ ਸਕਦੇ ਆ? ਇੱਥੇ ਸਰਕਾਰ ਨੂੰ ਵੋਟ ਕਿਉਂ ਪਾਉਂਦੇ ਹੈਗੇ? ਸਰਕਾਰ ਨੂੰ ਵੋਟ ਇਸ ਲਈ ਪਾਉਂਦੇ ਹੈਗੇ ਕਿ ਸਾਡਾ ਜਿਹੜਾ ਕੰਮ ਹੈਗਾ ਉਹ ਡਾਇਰੈਕਟਲੀ ਕਰਦੇ, ਸਰਕਾਰ ਸਟੇਟ ਦਾ ਕੰਮ ਨਹੀਂ ਕਰੇ। ਨਿੱਜੀ ਜਿਹੜੇ ਸਾਡੇ ਕੰਮ ਹੈਗੇ ਆ, ਸਾਨੂੰ ਥਾਣੇ 'ਚ ਕੰਮ ਹੈਗਾ, ਪਟਵਾਰੀ ਨਾਲ ਕੰਮ ਹੈਗਾ, ਉਹ ਕੰਮ ਕਰਾ ਦਿੱਤੇ ਜਾਣ। ਇਹ ਨਹੀਂ ਕਿ ਸਿਸਟਮ ਬਣ ਜਾਏ ਜਿੱਥੇ ਸਾਨੂੰ ਥਾਣੇਦਾਰ ਜਾਂ ਪਟਵਾਰੀ ਦੇ ਕੋਲ ਜਾਣ ਦੀ ਲੋੜ ਨਾ ਪਏ। ਅਤੇ ਇਹ ਤਾਂ ਅਸੀਂ, ਸਾਨੂੰ ਵੀ ਦੇਖਣਾ ਪਊਗਾ ਕਿ ਅਸੀਂ ਕਿਸ ਨੂੰ ਚੁਣਦੇ ਹੈਗੇ, ਕਿਉਂ ਚੁਣਦੇ ਹੈਗੇ ਅਤੇ ਕੀ ਮੁੱਦਿਆਂ 'ਤੇ ਵੋਟ ਦਿੰਦੇ ਹਨ। ਕਰਪਸ਼ਨ ਦੀ ਗੱਲ ਆਉਂਦੀ ਤਾਂ ਹੁਣ ਫੰਡਸ ਦੀ ਗੱਲ ਕਰੀਏ, ਕਿਉਂਕਿ ਫੰਡਸ ਪਾਰਟੀ ਵਾਸਤੇ ਬਹੁਤ ਜ਼ਰੂਰੀ ਹੈ। ਹਰ ਚੀਜ਼ ਉੱਤੇ ਫੰਡ ਜੋ ਹੈ ਜ਼ਰੂਰੀ ਹੋ ਗਿਆ ਹੈ ਇਲੈਕਸ਼ਨ ਵਾਸਤੇ, ਕਿੱਥੇ ਕਿਤੇ ਖਰਚ ਕਰਨਾ ਹੈ, ਕਿਸ ਨੂੰ ਕਿਵੇਂ ਬਣਨਾ, ਕਿੰਨਾ ਅਧਾਰਿਆਂ ਨੂੰ ਕਿੰਨਾ ਦੇਣਾ। ਤੁਹਾਨੂੰ ਲੱਗਦਾ ਕਿ ਵਿਦੇਸ਼ਾਂ ਦੇ ਵਿੱਚ ਫੰਡਿੰਗ ਹੁੰਦੀ ਹੈ ਤਾਂ ਉਹ ਸਾਹਮਣੇ ਹੁੰਦੀ ਹੈ ਕਿ ਕਿਸਨੇ ਕਿਸ ਨੂੰ ਕਿੰਨਾ ਫੰਡ ਦਿੱਤਾ ਹੈਗਾ, ਉਹ ਇੱਥੇ ਪੇਸ਼ ਨਹੀਂ ਹੋ ਸਕਦਾ? ਇੱਥੇ ਤਾਂ ਅਸੀਂ ਉਲਟੇ ਚਲੇ ਗਏ ਹੈਗੇ। ਜਿਹੜਾ ਇਲੈਕਟੋਰਲ ਬੌਂਡਸ ਦਾ ਪ੍ਰੋਸੈਸ ਹੈਗਾ, ਇਹਦੇ ਨਾਲ ਕੀ ਹੋਇਆ ਹੈਗਾ ਕਿ ਸਰਕਾਰ ਨੂੰ ਪਤਾ ਹੈਗਾ ਫੰਡਿੰਗ ਕੌਣ ਕਰ ਰਿਹਾ, ਸਾਨੂੰ ਨਹੀਂ ਪਤਾ ਫੰਡਿੰਗ ਕੌਣ ਕਰ ਰਿਹਾ ਹੈਗਾ। ਅਤੇ BJP ਨੂੰ ਅੱਜ ਪਤਾ ਹੈਗਾ ਕਿ ਕਿਸੇ ਬੰਦੇ ਨੇ ਅਗਰ ਕਾਂਗਰਸ ਦੀ ਫੰਡਿੰਗ ਕਰਤੀ, ਤਾਂ ਸਰਕਾਰ ਨੂੰ ਪਤਾ ਹੈਗਾ, ਉਸ ਬੰਦੇ ਦੇ ਉੱਤੇ ਉਹ ਜਾ ਕੇ ਗੱਲ ਵੀ ਕਰ ਸਕਦੇ ਆ, ਅਪਰੋਚ ਕਰ ਸਕਦੇ ਆ, ਹੋਰ ਫੰਡਿੰਗ ਲੈ ਸਕਦੇ ਆ। ਇਸ ਕਰਕੇ ਹੀ ਸਾਰੀ 90% ਫੰਡਿੰਗ ਅੱਜ BJP ਦੇ ਕੋਲ ਹੈਗੀ ਹੈ। ਇਹ ਤਾਂ ਡੈਮੋਕ੍ਰੇਸੀ ਨੂੰ ਡਿਸਟਰੋਏ ਕਰਨ ਦਾ ਤਰੀਕਾ ਹੈ, ਪਰ ਇਹ ਹੁਣ ਲੀਗਲ ਹੋ ਗਿਆ ਹੈਗਾ।
जब तक कोर्ट ने स्ट्राइक डाउन कर दी ये सिस्टम साढ़े को आ गया है। स्ट्राइक की गल की स्ट्राइक के नाल एकदम स्ट्राइक होंगे किसानी अंदोलन काफ़ी चिर तो चल रहा है, किसान अज के अंदोलन नहीं कर रहे हैं, कई दहाकों तो कर रहे हैं, आत्महत्या भी कई दहाकों तो कर रहे हैं, हूँ अजिहा सिस्टम आ गया कि वो आत्महत्या तो बाद एजिटेशन से उतरते हैं, कुछ पढ़े लिखे उन्होंने बच्चे ने उन्होंने समझ आता की चल रहा, लेकिन थानू नहीं लगता कि हूँ डायलॉग क्योंकि एक डायलॉग रह गया, बार बार सरकार एक जगह जाके कौमा ला दें, वो कौमे तो बाद जो कहानी है कि वे लिखी जाऊगी, तुम्हें क्या 2025 वास्ते कहानी तैयार है, 2025 वास्ते एक पूरा किंगडम तैयार हो रहा है, लेकिन उस तो पहला जो लोग ने जो नीवे लोग ने जो सब तो थले वाला आधार है कि उस आधार को खत्म कर दिया जाएगा। देखो लगते हुई रहा है संघर्ष हूँ भी कायम हैगा है, संघर्ष जायज़ हैगा है, पर उदा रिस्पोंस तो उदो ही मिल सकता हैगा है, क्योंकि संघर्ष की नींव तो इत्थे हैगी है, पंजाब हरियाणा च हैगी है, पर मोदी सरकार तो उदा तो ये रवैया हैगा है कि पंजाब हरियाणा नूं असीं दरकिनार करके बाकी जिथे वोट मिल सकते उत्थे देख के संघर्ष नूं पासे कर सकते हैं। तो ये तो एक नैशनल रियलाइजेशन की लोड़ हैगी है कि इस तरह तुसी इस कंट्री नूं गवर्न नहीं कर सकते हो, क्योंकि अगर हरेक हिस्से नूं तुसी इग्नोर करोगे एक दिन हिस्से अलग अलग हो जाएंगे, प्रेशर आएंगे, प्रॉब्लम शुरू हो जाएंगी। पंजाब सानूं मालूम हैगा कि अगर पंजाब के प्रॉब्लम इग्नोर होंगे तो पंजाब की कुछ हो सकता हैगा, पर मैनूं लगता मोदी सरकार ये कोई वो तो चाहते हैं कि कल कोई प्रॉब्लम शुरू हो जाए तो प्रॉब्लम के नाते कितने होर जाके वोट ले लेंगे। होर प्रॉब्लम के नाते सोशल मीडिया, क्योंकि आप जो सोशल मीडिया की गल करते हैं, हूँ आर जे या एंकर वो बंदे ने जिन्हें लाइक फॉलोवर्स बहुत ज़्यादा ने, है ना, जिन्होंने लोग बहुत पसंद करते हैं, यानी कि एक जर्नलिस्ट सिर्फ स्टार चाहिए जे इतने बैठे जो जिन्हों देख के लोग पसंद करते हैं। ये तो देखो जी ये साढ़े कोई जवाब नहीं है, लोगों को पूछो, अगर गल इत्थे आ जाती हैगी कि इंडिविजुअल लाइक्स डिसलाइक्स सेंसेशनलिज्म ते ही लोग रिस्पोंड करनगे ते जर्नलिज्म आपे ही मरदी हैगी, जदों जर्नलिज्म मरदी है फिर लोग मुड़ के कहिंदे तुसीं जर्नलिस्ट काम नहीं करदे, जिहड़ा जर्नलिस्ट काम करदा है उहदे ते फोकस नहीं करदी हैगी मीडिया, फोकस उहदे ते करदी है जिहड़ा सेंसेशनलाइज करदा हैगा, ते रिस्पोंसिबिलिटी ते पब्लिक पॉलिटिशियन पूरे सिस्टम ते आंदी है, सिर्फ जर्नलिज्म ते नहीं आंदी हैगी। जी जी, तो मैं उत्थे बैठे दर्शकां वास्ते तुसीं की कहना चाहोगे की जागरूक होना चाहिए, उंज तां सारे कहिंदे असीं जागरूक ने फिर भी। देखो नहीं ये तो देखो मैं हमेशा कहा जर्नलिस्ट साडा काम है सवाल पूछना, तुसी सवाल पूछे मैं कोई जवाब दे दिया, ये मैसेज मुसेज देन दा काम पॉलिटिशियंस दा हैगा, साडा नहीं हैगा, मेरे को कोई नहीं हैगा मैसेज किसी लिए। बहुत बहुत धन्यवाद सईद सियाले नाल, हरतोष सिंह बल तुहानू दसदी है कि सब तो वड्डा सवाल करना ये बहुत जरूरी है, क्यों हो रहा है, किस लिए हो रहा है, क्योंकि 5W1H एक जर्नलिस्ट जो है वो थ्यूरी इसके आले दुआले घूमती है। कैमरामैन दविंदर नालेरू विजलवान, फैक्ट न्यूज़।